जिस तरीके ने भाजपा दे जान दिया तुहाडी अफवाहां चलदियां पईयां सब झूठ है टोटल ब्लफ है ये साडे विरोधियों वल्लों कीता कूड़ प्रचार है ਵਾਰਨ ਸਾਹਿਬ ਕੰਸਟੀਟਿਊਸ਼ਨਲ ਹੈਡ ਹੁੰਦੇ ਨੇ ਜੋ ਸਰਕਾਰ ਪਾਸ ਕਰਦੀ ਹੈ ਉਹਦੇ ਉੱਤੇ ਮੋਹਰ ਲਾਉਣੀ ਬਣਦੀ ਹੁੰਦੀ ਹੈ ਅਤੇ ਮੀਨਸ ਜਿਹੜੇ ਸਾਡੇ ਗਵਰਨਰ ਸਾਹਿਬ ਜਾਂ ਸੈਂਟਰ ਦੀ ਗੌਰਮੈਂਟ ਜਿਹੜੇ ਸਾਡੇ 36,000 ਵਿਚਾਰੇ ਗਰੀਬ ਲੋਕ ਨੇ ਉਹਨਾਂ ਨੂੰ ਕੋਈ ਹਮਦਰਦੀ ਨਹੀਂ ਹੈ ਕੈਪਟਨ ਸਾਹਿਬ ਕਾਂਗਰਸ ਦੇ ਮੁੱਖ ਮੰਤਰੀ ਸੀਗੇ ਮੈਂ ਉਹਨਾਂ ਨਾਲ ਰਿਹਾ ਮੈਂ ਉਹਦੀ ਟੀਮ 'ਚ ਰਿਹਾ ਅਸੀਂ ਅੱਛਾ ਕੰਮ ਕੀਤਾ ਕੋਰੋਨਾ ਦੌਰਾਨ ਕੋਈ ਗੱਲ ਉਹ ਚਲੇ ਗਏ ਕੋਈ ਗੱਲ ਮੈਂ ਤਾਂ ਪਾਰਟੀ ਜਿੱਖਣਾ ਪਤਾ ਨਹੀਂ ਜੰਗ ਸਿੰਘ ਬਾਜਵਾ ਕਿਉਂ ਗਿਆ ਤੁਹਾਨੂੰ ਪਤਾ ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਸਿੱਧੂ ਸਾਹਿਬ ਪਹਿਲਾਂ ਤਾਂ ਅਨਾਊਂਸ ਕਰਦਾ ਤੁਹਾਡੇ ਵੱਲੋਂ ਹਾਲੇ ਲਿਸਟ ਜਾਰੀ ਨਹੀਂ ਹੋਈ ਲੇਕਿਨ ਤੁਸੀਂ ਹੀ ਮੋਹਾਲੀ ਤੋਂ ਚੋਣ ਲੜਨ ਜਾ ਰਹੇ ਹੋ ਕੀ ਕਾਰਨ ਹੈ ਇਹ ਕਾਰਨ ਨੇ ਮੈਨੂੰ ਪੂਰਾ ਭਰੋਸਾ ਆਪਣੀ ਪਾਰਟੀ ਦੇ ਕਿ ਮੈਨੂੰ ਲੜਾਊਗੀ ਅੱਛਾ ਆਜੋ ਆਜੋ ਮੈਨੂੰ ਰਾਤ ਨੂੰ ਪਾਰਟੀ ਵੱਲੋਂ ਪੂਰੀ ਫੁੱਲ ਅਸ਼ੋਰੈਂਸ ਹੈਗੀ ਆ ਕਿ ਤੁਸੀਂ ਇਲੈਕਸ਼ਨ ਲੜ ਤਿਆਰੀ ਕਰੋ ਆਪਣੀ ਠੀਕ ਹੈ ਨਾ ਭਾਜਪਾ ਦੀਆਂ ਗੱਲਾਂ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਜਿਸ ਤਰੀਕੇ ਨਾਲ ਭਾਜਪਾ ਦੇ ਵਿੱਚ ਜਾਣ ਦੀਆਂ ਤੁਹਾਡੀਆਂ ਅਫਵਾਹਾਂ ਚੱਲਦੀਆਂ ਪਈਆਂ ਸਭ ਝੂਠ ਹੈ ਟੋਟਲ ਬਲਫ ਹੈ ਇਹ ਸਾਡੇ ਵਿਰੋਧੀਆਂ ਵੱਲੋਂ ਕੀਤਾ ਕੂੜ ਪ੍ਰਚਾਰ ਹੈ ਕੌਣ ਨੇ ਸਰ ਕੌਣ ਨੇ ਜਨਾਬ ਜਿਹੜੇ ਮੇਰੇ ਖਿਲਾਫ ਇਲੈਕਸ਼ਨ ਲੜ ਰਹੇ ਨੇ ਉਹੀ ਕਰ ਰਹੇ ਨੇ ਹੋਰ ਕੌਣ ਕਰ ਰਿਹਾ ਸਿੱਧੂ ਸਾਹਿਬ ਇੱਕ ਜਿਹੜੀ ਵਾਰ ਚੱਲਦੀ ਪਈ ਹੈ ਗਵਰਨਰ ਵਰਸਿਸ ਮੁੱਖ ਮੰਤਰੀ 36,000 ਜਿਹੜੇ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਕਰਨ ਦੀ ਗੱਲ ਕੀ ਗਵਰਨਰ ਸਾਹਿਬ ਕੰਸਟੀਟਿਊਸ਼ਨਲ ਹੈੱਡ ਹੁੰਦੇ ਨੇ ਉਹਨਾਂ ਨੂੰ ਬਕਾਇਦਾ ਜੋ ਸਰਕਾਰ ਪਾਸ ਕਰਦੀ ਹੈ ਉਹਦੇ ਉੱਤੇ ਮੋਹਰ ਲਾਉਣੀ ਬਣਦੀ ਹੁੰਦੀ ਹੈ ਉਹ ਡਿਲੇ ਕਰ ਸਕਦੇ ਆ 2 ਦਿਨ 4 ਦਿਨ 5 ਦਿਨ ਕਰ ਰਹੇ ਉਹਨੂੰ ਕਰਨਾ ਪੈਣਾ ਲੇਕਿਨ ਆਹ ਜਿਹੜਾ ਸਮਾਂ ਹੈ ਇਹਦੇ ਨਾਲ ਇਟ ਮੀਨਸ ਜਿਹੜੇ ਸਾਡੇ ਗਵਰਨਰ ਸਾਹਿਬ ਜਾਂ ਸੈਂਟਰ ਦੀ ਗੌਰਮੈਂਟ ਜਿਹੜੇ ਸਾਡੇ 36,000 ਵਿਚਾਰੇ ਗਰੀਬ ਲੋਕ ਨੇ ਉਹਨਾਂ ਨੂੰ ਕੋਈ ਹਮਦਰਦੀ ਨਹੀਂ ਹੈ ਇਹ ਲੋਕਾਂ ਦੀ ਇੱਕ ਲਾਈਫ ਦਾ ਸਵਾਲ ਹੈ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ ਇਹ ਤੇ ਗਵਰਨਰ ਸਾਹਿਬ ਨੂੰ ਬਿਨਾਂ ਵਿੱਚ ਮੋਹਰ ਲਾਉਣੀ ਚਾਹੀਦੀ ਸੀ ਔਰ ਉਹਨੂੰ ਡਿਲੇ ਨਹੀਂ ਸੀ ਕਰਨਾ ਚਾਹੀਦਾ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ ਜੀ ਬਹੁਤ ਵਧੀਆ ਚੱਲ ਰਿਹਾ ਫਸਟ ਕਲਾਸ ਤੁਹਾਡੇ ਸਾਹਮਣੇ ਇਹ ਜਾਂਦਾ ਸੀ ਸਿੱਧੂ ਸਾਹਿਬ ਕਿ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਕਰੀਬੀ ਹੋ ਇਸ ਕਰਕੇ ਤੁਹਾਨੂੰ ਟਾਰਗੇਟ ਕੀਤਾ ਗਿਆ ਤੇ ਨਹੀਂ ਮੈਂ ਤਾਂ ਤੁਹਾਡੇ ਬੜੇ ਕਰੀਬੀ ਆ ਕੈਪਟਨ ਸਾਹਿਬ ਕਾਂਗਰਸ ਦੇ ਮੁੱਖ ਮੰਤਰੀ ਸੀਗੇ ਮੈਂ ਉਹਨਾਂ ਨਾਲ ਰਿਹਾ ਮੈਂ ਉਹਦੀ ਟੀਮ 'ਚ ਰਿਹਾ ਅਸੀਂ ਅੱਛਾ ਕੰਮ ਕੀਤਾ ਕੋਰੋਨਾ ਦੌਰਾਨ ਮਿਲ ਕੇ ਕੀਤਾ ਕੋਈ ਗੱਲ ਉਹ ਚਲੇ ਗਿਆ ਕੋਈ ਗੱਲ ਮੈਂ ਤਾਂ ਪਾਰਟੀ ਜਿੱਖਣਾ ਪਰ ਕਈ ਲੀਡਰ ਐਵੇਂ ਜਿਹਨੇ ਸੀਨੀਅਰ ਲੀਡਰ ਨੇ ਜਿਹੜੇ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕਰਦੇ ਪਏ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਕਿਹੜਾ ਗਿਆ ਦੱਸੋ ਰਾਣਾ ਗੁਰਮੀਤ ਸਿੰਘ ਸੋਢੀ ਰਾਣਾ ਗੁਰੂ ਸੋਢੀ ਫਤਿਹ ਜੰਗ ਸਿੰਘ ਬਾਜਵਾ ਕਿਹਦੇ ਪਤਾ ਨਹੀਂ ਜੰਗ ਸਿੰਘ ਬਾਜਵਾ ਕਿਉਂ ਗਿਆ ਤੁਹਾਨੂੰ ਪਤਾ ਕਿ ਉਹਦਾ ਭਰਾ ਜਿਹੜਾ ਬੜਾ ਪ੍ਰਤਾਪ ਸਿੰਘ ਬਾਜਵੇ ਨੂੰ ਉਹਨੂੰ ਸੀਟ ਦਿੱਤੀ ਆਪਣੀ ਬਾਜਵਾ ਸਾਹਿਬ ਸੀਨੀਅਰ ਨੇ ਪਰ ਇੱਕ ਜਿਹੜਾ ਸਾਡੀ ਪਾਰਟੀ ਦਾ ਪ੍ਰੋਗਰਾਮ ਹੈ ਇੱਕ ਪਰਿਵਾਰ ਇੱਕ ਟਿਕਟ ਦਾ ਉਸ ਕਰਕੇ ਉਹਨੂੰ ਟਿਕਟ ਮਿਲਣੀ ਹੈ ਉਹ ਬਾਜਵਾ ਸਾਹਿਬ ਮੈਂ ਲੜਦਾ ਮੇਰੀ ਸੀਟ ਹੈ ਮੈਂ ਇਹਨੂੰ ਦਿੱਤੀ ਸੀ ਤਾਂ ਮੈਨੂੰ ਦੇ ਦਿਓ ਵਾਪਸ ਅਸੀਂ ਕਿਹਾ ਤੁਸੀਂ ਜਿਹੜਾ ਮਰਜ਼ੀ ਲੜ ਲਓ ਭਾਈ ਉਹ ਇਸ ਕਰਕੇ ਗਏ ਨੇ ਚੰਨੀ ਸਾਹਿਬ ਦਾ ਤੁਹਾਡੇ ਹਲਕੇ ਦੇ ਵਿੱਚ ਪ੍ਰੋਗਰਾਮ ਹੋਣਾ ਸੀ ਉਹ ਕੈਨਸਲ ਹੋ ਗਿਆ ਕਿਤੇ ਨਾ ਕਿਤੇ ਵੀ ਕੈਨਸਲ ਨਹੀਂ ਹੋਇਆ ਸੀ ਚੰਨੀ ਸਾਹਿਬ ਨੂੰ ਉਸ ਦਿਨ ਬਕਾਇਦਾ ਸਾਡੇ ਹਾਈ ਕਮਾਂਡ ਨੇ ਬੁਲਾ ਲਿਆ ਸੀ ਇਸ ਕਰਕੇ ਚੰਨੀ ਸਾਹਿਬ ਨੂੰ ਜਾਣਾ ਪੈ ਗਿਆ ਸੀ ਕੋਈ ਇਹਦੇ ਕੈਨਸਲ ਨਹੀਂ ਚੰਨੀ ਸਾਹਿਬ ਮੇਰੇ ਹਲਕੇ ਪਹਿਲਾਂ ਇਹਦੇ ਭਰਾ ਆਖਦਾ ਗਏ ਨੇ ਮੇਰੇ ਘਰ ਵੀ ਆ ਕੇ ਗਏ ਨੇ ਬਕਾਇਦਾ ਮੇਰਾ ਵੱਡਾ ਨੀਂਹ ਪੱਥਰ ਰੱਖ ਗਿਆ ਹਸਪੀਟਲ ਦਾ ਸੋ ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਵੱਲੋਂ ਜਿਹੜਾ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਕਾਂਗਰਸ ਪਾਰਟੀ ਵੱਲੋਂ ਮੋਹਾਲੀ ਤੋਂ ਹੀ ਉਹ ਚੋਣ ਲੜਨ ਜਾ ਰਹੇ ਨੇ ਕੈਮਰਾਮੈਨ ਜੈਵਰਧਨ ਦੇ ਨਾਲ ਪ੍ਰਹਲਾਦ ਸੰਗੇਲੀਆ ਦਾ ਸਟੋਰੀ ਟੀਵੀ ਮੋਹਾਲੀ